ਕਿਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਇਸ ਪੂਰੇ ਕਤਲਕਾਂਡ ਦੇ ਵਿੱਚ, ਆਪਾਂ ਗੱਲਬਾਤ ਵੀ ਪਰਿਵਾਰ ਦੇ ਮੈਂਬਰਾਂ ਦੇ ਨਾਲ ਕਰਦੇ ਹਾਂ। ਹਾਲਾਂਕਿ ਇਹ ਸਥਿਤੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਪਰਿਵਾਰ ਨੂੰ ਜ਼ਿਆਦਾ ਸਵਾਲ ਜਵਾਬ ਅਸੀਂ ਨਹੀਂ ਕਰ ਸਕਦੇ, ਪਰ ਫਿਰ ਵੀ ਇਸ ਦੇ ਵਿੱਚ ਇਹ ਵਜ੍ਹਾ ਕੀ ਸੀ ਮਾਤਾ ਜੀ, ਕਿਵੇਂ ਇਹਦੀ ਵੱਡੀ ਮੰਦਭਾਗੀ ਘਟਨਾ ਘਟ ਗਈ, ਤੁਹਾਡੇ ਬੇਟੇ ਦੀ ਜਾਨ ਚਲੇ ਗਈ, ਹੋਇਆ ਕੀ ਸੀਗਾ? ਮੇਰਾ ਬੇਟਾ ਘਰੋਂ ਹੀ ਗਿਆ ਸੀਗਾ, ਚੰਗਾ ਭਲਾ ਸਕੂਟਰ ਹੀ ਲੈ ਕੇ ਗਿਆ ਸੀਗਾ, ਜ਼ਾਲਮ ਪਤਾ ਨਹੀਂ ਕਹਿ ਕੇ ਦਿਨਾਂ ਦੇ ਮਗਰ ਲੱਗੇ ਅਤੇ ਮੇਰੇ ਪੁੱਤ ਨੂੰ ਦੁਕਾਨ 'ਚ ਬੈਠਾ ਚਾਹ ਹੋਟਲ 'ਤੇ ਪੀਂਦਾ ਸੀ, ਉੱਥੋਂ ਗਲਮਾਂ ਫੜ ਕੇ ਖਿੱਚ ਕੇ ਲੱਤਾਂ ਤੋੜਤੀਆਂ, ਜੈਵੀਂ ਵੜਦੀ ਗੱਤਲੇ ਕੱਢਤੇ ਅੱਡੇ ਅੱਡੇ। ਮੇਰੇ ਪੁੱਤ ਦੀ ਮੈਂ ਗੱਲ ਹੀ ਨਹੀਂ ਕਰ ਸਕਦੀ, ਬੜਾ ਮੇਰਾ ਪੁੱਤ ਦੁਖੀ ਹੋ ਕੇ ਮਰਿਆ, ਮੇਰੇ ਪੁੱਤ 'ਚ ਖੂਨ ਦਾ ਭੋਰਾ ਹੀ ਨਹੀਂ ਰਿਹਾ, ਨੁੱਚੜ ਗਿਆ, ਟੀਕਾ ਵੀ ਨਹੀਂ ਲੱਗਿਆ ਮੇਰੇ ਬੱਚੇ ਦੇ। ਮੈਂ ਤਾਂ ਹੁਣ ਐਂ ਕਹਿੰਦੀ ਹਾਂ, ਕਿੰਨਾ ਚਿਰ ਬਲਵੀਰ ਕੌਰ ਨੂੰ ਨਾ ਚੱਕਿਆ ਜਾਵੇ, ਉਹਦੀ ਬੇਟੀ ਨੂੰ ਨਾ ਚੱਕਿਆ ਜਾਵੇ, ਉਹਦੇ ਜਵਾਈ ਨੂੰ ਨਾ ਚੱਕਿਆ ਜਾਵੇ, ਉਹਦੇ ਮਾਮੇ ਦੇ ਭਰਾ ਨੂੰ ਨਾ ਚੱਕਿਆ ਜਾਵੇ, ਕੁੜੀ ਦੇ ਮਾਮੇ ਨੂੰ। ਮੈਂ ਉਹਨਾਂ ਚਿਰ ਆਪਦੇ ਬੱਚੇ ਦਾ ਸੰਸਕਾਰ ਨਹੀਂ ਕਰਦੀ, ਮੈਂ ਲੈ ਕੇ ਬੈਠੂ ਆਪਦੇ ਘਰੇ। ਬੇਬੇ ਵਜ੍ਹਾ ਕੀ ਸੀ ਜਿਹੜੀ ਪਹਿਲਾਂ ਲੜਾਈ ਕਹਿੰਦੇ ਹੋਈ ਸੀ, ਤੁਹਾਡਾ ਬੇਟਾ ਵੀ ਜੇਲ੍ਹ ਦੇ ਵਿੱਚ ਸੀਗਾ, ਕਾਰਨ ਕੀ ਸੀ ਉਸ ਲੜਾਈ ਦਾ? ਉਹਦਾ ਕਾਰਨ ਇਹ ਸੀ, ਪਹਿਲਾਂ 2-4 ਸਾਲ ਪਹਿਲਾਂ ਕੋਈ ਮੁੰਡਿਆਂ ਦੀ ਲੜਾਈ ਹੋਈ ਸੀ, ਸਾਡਾ ਉਹਦਾ ਕੋਈ ਦੇਣ ਲੈਣ ਨਹੀਂ ਸੀ, ਕੋਈ ਵੱਟ ਦਾ ਰੌਲਾ ਨਹੀਂ ਸੀ, ਘਰ ਦਾ ਰੌਲਾ ਨਹੀਂ ਸੀ, ਕੋਈ ਰੌਲਾ ਨਹੀਂ ਸੀ ਸਾਡਾ। ਸਾਡਾ ਤਾਂ ਖੈਖ ਮੈਂ ਵਿੱਚ ਲੈ ਲਿਆ, ਮੇਰੇ ਬੇਟੇ ਦੋਨੇ ਲੈ ਲਈ, ਦੋਨੇ ਜੇਲ੍ਹ ਕੱਟ ਕੇ ਆਏ ਨੇ, ਸਾਲ ਇੱਕ ਕੱਟ ਕੇ ਆਇਆ, ਇੱਕ 7 ਮਹੀਨੇ ਸਾਲ ਕੱਟ ਕੇ ਆਇਆ, ਜਵਾਨ ਤਾਂ ਲੱਗੀ ਹੋਈ ਸੀ, ਇੱਕ ਨੂੰ 3 ਸਾਲ ਹੋ ਗਏ, ਕਿਹੜਾ ਮਾਰਤਾ ਇਹਨੂੰ, 2.5 ਸਾਲ ਹੋ ਗਿਆ ਸੀ ਬਸ। ਉਹਦੇ ਖਹਿਬਾਜ਼ੀ 'ਚ ਉਹ ਜਨਾਨੀ ਨੇ, ਬਲਵੀਰ ਕੌਰ ਨੇ ਮੇਰਾ ਪੁੱਤ ਮਰਵਾਇਆ, ਲਗਾੜੇ ਲਿਆ ਕੇ ਮੇਰਾ ਪੁੱਤ ਉਹਨੇ ਮਰਵਾਇਆ। ਪਹਿਲਾਂ ਮਾਤਾ ਜੀ ਲੜਾਈ ਦੀ ਵਜ੍ਹਾ ਕੀ ਸੀ, ਕਾਰਨ ਕੀ ਸੀ, ਪਹਿਲਾਂ ਲੜਾਈ ਕਿਉਂ ਹੋ ਗਈ? ਸਾਡੇ ਨਾਲ ਲੜਾਈ ਦਿੱਕਤ ਨਹੀਂ ਸੀ, ਬਸ ਖਾਇਆ ਖਮਾਇਆ ਕਿ ਮੈਂ ਆਟੇ ਨਾਲ ਪੜੇਥਣ ਲੱਗਾ, ਐਂ ਗੱਲ ਹੋਈ ਆ, ਸਾਡੇ ਨਾਲ ਕੋਈ ਲੜਾਈ ਨਹੀਂ, ਕੋਈ ਕਸ ਦਾ ਰੌਲਾ ਵਾਲਾ ਨਹੀਂ। ਕੱਲ ਕੀ ਹੋਇਆ, ਕੱਲ ਤੁਹਾਨੂੰ ਕਦੋਂ ਪਤਾ ਲੱਗਾ, ਕਿਹਨੇ ਦੱਸਿਆ ਕਰਿਆ? ਸਾਡੇ ਮੇਰੇ ਬੇਟੇ ਨੇ ਦੱਸਿਆ, ਵੱਡੇ ਨੇ, ਉਹਨੇ ਕਦੋਂ ਦੱਸਿਆ ਤੇ ਉਹ ਦੁੱਧ ਉੱਧਰ ਪਤਾ ਨਹੀਂ ਸਬਜ਼ੀ ਲੈਣ ਗਿਆ, ਪਤਾ ਨਹੀਂ ਦੁੱਧ ਲੈ ਕੇ ਗਿਆ, ਉਹ ਉੱਧਰੋਂ ਹੀ ਲੈ ਬਾਗਾ ਟਾਇਰ ਟੂਰ ਦਾ ਕੋਈ ਪਤਾ ਲੈਣ, ਕਿ ਉਹ ਵੇਖਿਆ ਐਡੀ ਕੁ ਦੂਰ ਇੱਕ ਬੰਦੇ ਨੂੰ ਕਿ ਕੁੱਟੀ ਜਾਂਦੇ ਨੇ, ਕਦੋਂ ਉਹਨੇ ਵੇਖਿਆ ਜਾ ਕੇ ਕੋਲੇ ਜੇ ਕੇ ਵੀ ਇਹ ਤਾਂ ਮੇਰਾ ਹੀ ਭਰਾ, ਉਹ ਤਾਂ ਭੱਜ ਲਿਆ ਵਾਪਸ ਘਰ ਨੂੰ, ਮੇਰੇ ਦੂਜੇ ਬੇਟੇ ਨੂੰ ਲੈ ਗਿਆ ਇਸਨੇ ਕਿ ਕੋਈ ਬਲਦ ਗੱਡੀ ਵਾਲਾ ਹੋ ਗਿਆ, ਅਤੇ ਮੇਰੇ ਬੇਟੇ ਨੂੰ ਪਾ ਕੇ ਲੈ ਗਏ, ਪਾਵਣ ਦੇ ਲੈ ਗਏ, ਪਾਵਣ ਨੇ ਨਹੀਂ ਹੱਥ ਪਾਇਆ, ਸਰਕਾਰੀ 'ਚ ਲੈ ਗਏ, ਉਹਨਾਂ ਨੇ ਕੋਈ ਬੰਨਤੀਆਂ ਪੱਟੀਆਂ ਪੁੱਟੀਆਂ ਮਾੜੀਆਂ ਮੋਟੀਆਂ, ਮੇਰੇ ਪੁੱਤ ਦੀ ਨਾ ਤਾਂ ਪੁਲਿਸ ਨੇ ਆ ਕੇ ਸੁਣੀ ਹੈ ਕੋਈ ਗੱਲ, ਪੁਲਿਸ ਆਈ ਹੋਈ ਨਹੀਂ, ਉਹਦੀ ਬੰਨੀ ਹੋਈ ਤੀ ਪੁਲਿਸ ਬਲਵੀਰ ਕੌਰ ਦੀ, ਨਹੀਂ ਪੁਲਿਸ ਆਈ ਨਾ ਹਸਪਤਾਲ 'ਚ ਆਈ ਨਾ ਇੱਥੇ ਆਈ ਆ। ਅੱਛਾ ਪਹਿਲਾਂ ਕਿਹੜਾ ਪਰਚਾ ਤੁਹਾਡੇ ਬੇਟੇ ਦੇ, ਉਹ ਸਹੀ ਹੋਇਆ ਸੀ ਪਰਚਾ, ਉਹਨਾਂ ਨੇ ਕਤਲ ਕੀਤਾ ਸੀ ਪਹਿਲਾਂ? ਨਹੀਂ ਕਰਿਆ ਸੀ, ਬਸ ਹਾਂ ਉਹੀ ਪਾਇਆ ਸੀ ਝੂਠਾ ਕੇਸ, ਜੇ ਮੇਰੇ ਬੇਟੇ ਨੇ ਕਤਲ ਕਰਿਆ ਹੁੰਦਾ ਉਹਨਾਂ ਨੇ ਨਾਲ ਦੂਜਿਆਂ ਦੇ ਬਰਾਬਰ ਬੈਠਾ ਹੁੰਦਾ। ਹੁਣ ਕਿਹੋ ਜਿਹੀ ਇਨਸਾਫ ਦੀ ਮੰਗ ਕਰਦੀ ਹੈ ਇੱਕ ਮਾਂ, ਕੀ ਮੰਗ ਕਰਦੀ ਹੈ ਕਿ ਉਹਦੇ ਬੇਟੇ ਦਾ ਇਨਸਾਫ ਮਿਲੇ, ਕਿਹੋ ਜਿਹੀ ਕਰ ਰਹੀ? ਮੈਂ ਤਾਂ ਇਹੀ ਕਰਦੀ ਹਾਂ, ਬਸ ਉਹ ਚੱਕੇ ਜਾਣ ਅੰਦਰ ਹੋਣ, ਉਹਨਾਂ ਚਿਰ ਮੈਂ ਆਪਦੇ ਬੇਟੇ ਦਾ ਸੰਸਕਾਰ ਨਹੀਂ ਕਰਦੀ, ਕਿੰਨਾ ਚਿਰ ਮੈਨੂੰ ਇਹ ਸਾਥ ਮਿਲਦਾ ਨਹੀਂ, ਬਸ ਇਹੀ ਮੇਰਾ ਕਹਿਣਾ ਗਾ। ਬਿਲਕੁਲ, ਇਹ ਮਾਂ ਦੀ ਫਰਿਆਦ ਹੈ, ਕਹਿ ਰਹੀ ਹੈ ਕਿ ਉਨੀ ਦੇਰ ਸੰਸਕਾਰ ਨਹੀਂ ਕਰਾਂਗੇ, ਹਾਲਾਂਕਿ ਪੁਲਿਸ ਕਹਿ ਰਹੀ ਹੈ ਕਿ FIR ਦਰਜ ਕਰ ਲਈ ਹੈ, ਕੁਛ ਲੋਕਾਂ ਨੂੰ ਹਿਰਾਸਤ 'ਚ ਲਿਆ, ਪੁੱਛਗਿੱਛ ਚੱਲ ਰਹੀ ਹੈ, ਜਲਦੀ ਗ੍ਰਿਫਤਾਰੀ ਸੰਭਵ ਹੋਊਗੀ।